ਸਾਹ ਜੀ ਅਸਲਾਮ ਵਾਲੇਕਮ ਜੀ ਵਾਲੇਕਮ ਸਲਾਮ ਲਓ ਜੀ ਜਿਵੇਂ ਮੈਂ ਦੋਸਤਾਂ ਨੂੰ ਕਿਹਾ ਵੇ ਕਿ ਦੋਵੇਂ ਉਸਤਾਦ ਮਾਸ਼ਾਅੱਲਾ ਬੱਬਰ ਸ਼ੇਰ ਹੀ ਅੱਜ ਟਕਰੇ ਨੇ ਅਤੇ ਯਕੀਨ ਕਰੋ ਇਹਨਾਂ ਦਾ ਕਬੂਤਰਬਾਜ਼ੀ 'ਤੇ ਤਬਾਦਲਾ ਖਿਆਲ ਹੋ ਰਿਹਾ ਔਰ ਇਹਨਾਂ ਦੇ ਕਬੂਤਰ ਦੇਖ ਰਹੇ ਨੇ ਉਸਤਾਦ ਜ਼ੁਲਫਕਾਰ ਔਰ ਜ਼ੁਲਫੀ ਸਾਹਿਬ ਉਸਤਾਦ ਤਾਰਕ ਬੱਬਰ ਸ਼ੇਰ ਦੇ ਕਬੂਤਰ ਦੇਖ ਰਹੇ ਨੇ ਅਤੇ ਮਾਸ਼ਾਅੱਲਾ ਬੜਾ ਮਜ਼ਾ ਆ ਰਿਹਾ ਸੀ ਅਤੇ ਮੈਂ ਕਿਹਾ ਯਾਰ ਮੂਵੀ ਬਣਾ ਲੈਂਦੇ ਹਾਂ ਜ਼ਰੂਰ ਅਸੀਂ ਟਾਈਮ ਜ਼ਾਇਆ ਕਰਨਾ ਅਤੇ ਮੂਵੀ ਪਹਿਲੇ ਬਣਾਈਏ ਅਤੇ ਫਿਰ ਬਾਕੀ ਗੱਲਾਂ ਬਾਅਦ 'ਚ ਕਰਾਂਗੇ ਅਤੇ ਨਾਲ ਸ਼ਾਹ ਜੀ ਨੇ ਸ਼ਾਹ ਜੀ ਕਿਆ ਹੀ ਬਾਤ ਹੈ ਅੱਜ ਤਾਂ ਸ਼ਾਹ ਜੀ ਜੋਸ਼ 'ਚ ਆਏ ਨੇ ਅਤੇ ਉਸਤਾਦ ਜ਼ੁਲਫਕਾਰ ਔਰ ਜ਼ੁਲਫੀ ਸਾਹਿਬ ਕੀ ਕਹਿੰਦੇ ਇਹ ਕਬੂਤਰਾਂ ਦੇ ਬਾਰੇ 'ਚ ਜਿਹੜੇ ਇਹ ਦਿਖਾ ਰਹੇ ਨੇ ਤੁਹਾਨੂੰ? ਮੈਂ ਬੜੀ ਜਗ੍ਹਾ 'ਤੇ ਕਬੂਤਰ ਦੇਖੇ ਨੇ। ਅੱਛਾ, ਮੇਰਾ ਅੱਲਾਹ ਜਾਣਦਾ ਜੇ ਇਹਨਾਂ ਜੋੜਾ ਦਿਖਾਇਆ ਸ਼ਾਹ ਜੀ ਨੇ। ਅੱਛਾ, ਅਤੇ ਤਾਰਕ ਸਾਹਿਬ ਨੇ। ਅੱਛਾ ਜੀ, ਮੈਂ ਇਹ ਅਲੱਗ ਅਲੱਗ ਕਬੂਤਰੀ ਮਾਦੀ। ਅੱਛਾ, ਨਰ ਮਾਦੀ ਅਲੱਗ ਅਲੱਗ ਦਾ ਸਨ। ਹਾਂਜੀ, ਮੈਂ ਇਹਨਾਂ ਨੂੰ ਕਿਹਾ ਕਿ ਮੈਂ ਇਸ ਦੇ ਨਾਲ ਦੇ ਕਬੂਤਰ ਨਹੀਂ ਵੇਖਿਆ, ਮਾਦੀ ਉਹ ਨਰ ਨਾਲ ਲਾਓ। ਅੱਛਾ, ਤਾਰਕ ਸਾਹਿਬ ਅੱਗੋਂ ਕਹਿੰਦੇ ਨੇ ਜੋ ਇੱਥੇ ਜੋੜਾ ਲੱਗਿਆ ਹੋਇਆ, ਮੈਂ ਦੱਸ ਦਿੰਦਾ, ਮੇਰਾ ਅੱਲਾ ਜਾਣਦਾ ਜੇ ਮਨ ਇਲਮ ਨਹੀਂ ਸੀ। ਅੱਛਾ, ਤੇ ਉਹਦੇ ਨਾਲ ਦਾ ਜੋੜਾ ਹੈ ਹੀ ਨਹੀਂ ਕਿਸੇ ਕੋਲ। ਅੱਛਾ ਜੀ, ਉਹਦਾ ਜਿਹੜਾ ਬੱਚਾ ਹੈ ਨਾ, ਇੱਕ ਇੱਕ ਬੱਚਾ ਜੀ, ਉਹ ਸਭ ਜੋੜੇ ਪਏਗਾ। ਅੱਛਾ, 100 ਬੱਚਾ ਨਿਕਲੇ ਕਹਿੰਦੇ ਨੇ ਨਾ, ਬੱਚਾ ਹੀ ਖਰਾਬ ਨਿਕਲਿਆ, ਨਹੀਂ ਨਹੀਂ, ਇਹਦਾ 100 ਬੱਚੇ ਜੋੜੇ ਪਏਗਾ। ਅੱਛਾ, ਔਰ ਸਾਰੇ ਬੱਚੇ ਜਿਹੜੇ ਜੇ ਨਾ 94 ਦੇ ਉੱਤੇ ਨਿਕਲਣਗੇ, ਇੱਕ ਨਿਕਲ ਆਇਆ 94 ਤੇ, ਮੈਂ ਜ਼ਿੰਮੇਦਾਰ ਹਾਂ ਮੈਚ ਚੀਜ਼ ਦਾ। ਅੱਛਾ, 95 ਨਿਕਲਣਗੇ ਸਭ। ਅੱਛਾ, ਸਭ ਵੀ ਤੁਸੀਂ ਬਰੀਡ 'ਚ ਲਾ ਸਕਦੇ। ਅੱਛਾ, ਐਸਾ ਜੋੜਾ ਲੱਗਿਆ ਹੈ ਹੀ ਨਹੀਂ ਜੋੜਾ ਸ਼ਾਹ ਜੀ। ਸ਼ਾਹ ਜੀ, ਤੁਸੀਂ ਆਪ ਤਸਲੀਮ ਕਰੋ ਇਸ ਗੱਲ ਨੂੰ ਕਿ ਉਹਦੇ ਨਾਲ ਦੇ ਬੈਲੈਂਸ ਵੇਖਿਆ ਜੀ ਕਿਸੇ ਦਾ? ਨਹੀਂ ਵੇਖਿਆ, ਜਵਾਬ ਨਹੀਂ ਇਹਨਾਂ ਕਬੂਤਰਾਂ ਦਾ। ਅੱਛਾ, ਮਾਦੀ 96 ਸ਼ਾਹ ਜੀ, ਮਾਦੀ 96 ਆ? ਨਹੀਂ, ਕਬੂਤਰ 96, ਮਾਦੀ 97। ਮਾਦੀ 97 ਆ? ਮਾਦੀ, ਮੈਂ ਤਾਂ ਉਹ ਮਾਦੀ ਤੇ ਇਹਦੇ ਨਾਲ ਦੀ ਹੈ ਨਹੀਂ, ਤਾਰਕ ਸਾਹਿਬ ਕੋ ਕੋਈ ਨਹੀਂ ਮਾਦੀ ਦੇ ਨਾਲ ਦੀ। ਮਾਦੀ, ਮੈਂ ਤਾਂ ਦੱਸਾਂ ਤੁਹਾਨੂੰ, ਮੈਂ 4 ਵਾਰੀ ਕਹਿ ਬੈਠਾ ਹਾਂ ਜੀ, ਮੈਂ ਸ਼ਾਹ ਜੀ ਨੂੰ ਕਹਿ ਬੈਠਾ, ਤਾਰ ਉਹ ਮਾਦੀ ਇਹਦੇ ਨਾਲ ਦੀ ਕੱਢ ਕੇ ਵਿਖਾਓ ਤੇ ਮੈਂ ਤੁਹਾਨੂੰ ਹੁਣੇ ਪੈਸੇ ਦੇ ਦਿਆਂ ਇਨਾਮ। ਆਏ ਹਾਏ ਹਾਏ, ਵੱਡੋ ਮਨ ਮਾਦੀ ਇਹਦੇ ਨਾਲ ਦੀ ਕੋਈ ਵੀ ਨਹੀਂ ਹੋਏਗੀ ਮਾਦੀ। ਉਹ ਤਾਂ ਮਾਦੀ ਬਰੀਡਰ ਇੰਨੀ ਹੈ, ਸ਼ਾਇਦ ਹੀ ਲਾਹੌਰ 'ਚ ਕੋਈ ਮਾਦੀ ਹੋਵੇ ਜਿਹੜੀ ਤਾਰਕ ਸਾਹਿਬ ਕੋਲ ਪਈ ਹੈ। ਮੈਂ ਦੱਸ ਦਿੰਦਾ ਇਹਨਾਂ ਨੂੰ, ਮੈਂ ਤੁਹਾਨੂੰ ਸੱਚ ਕਹਿ ਰਿਹਾ, ਮੇਰਾ ਅੱਲਾ ਜਾਣਦਾ ਜੇ ਮੈਂ ਨਹੀਂ ਵੇਖੀ ਮਾਦੀ ਇੰਜ ਦੀ, ਇੰਨੇ ਬੈਲੈਂਸ ਵਾਲੀ ਮਾਦੀ ਮੈਂ ਨਹੀਂ ਵੇਖੀ। ਅੱਛਾ ਜੀ, ਹਾਂ, ਮੈਂ ਤੁਹਾਨੂੰ ਸੱਚ ਕਹਿ ਰਿਹਾ। ਕਿਉਂ ਸਾਹ ਤਾਰਕ ਸਾਹਿਬ? ਹਾਂਜੀ ਹਾਂਜੀ, ਬੱਬਰ ਜੀ ਦੀ ਕਸਮ, ਅਸੀਂ ਇੰਨਾ ਕੋਈ ਇਲਮ ਲੈਨੇ ਆ। ਅੱਛਾ ਜੀ, ਮਜ਼ਾ, ਮੈਂ ਸਿਰਫ ਉਸ ਗੁੱਡੇ ਚ ਉਸ ਮਾਦੀ ਦਾ ਦੀਦਾਰ ਕਰਾਂ, ਅੱਜ ਲਿਆ ਕੇ ਫਿਰ ਵਹਾਓ, ਫਿਰ ਮੈਂ ਨਸ਼ਾ ਹੋ ਜਾਵਾਂ। ਮਾਦੀ ਵਹਾਓ ਜੀ, ਲਿਆਓ ਜੀ ਦੁਬਾਰਾ, ਲਿਆਓ ਜੀ। ਉਹ ਅਸੀਂ ਕੈਮਰੇ ਦੀ ਨਜ਼ਰ ਵੀ ਕਰ ਲਈ ਹੈ ਨਾ, ਦੋਸਤਾਂ ਨੂੰ ਪਤਾ ਲੱਗ ਜਾਏ ਕਿਆ ਇਹ ਬਾਤ। ਇਹ ਵੀ ਕਬੂਤਰ 95 ਜੇ? ਅੱਛਾ, ਇਹ ਵੀ 95 ਆ? ਇਹ ਵੀ 95 ਜੇ ਤੇ, ਓ ਹੋ ਹੋ ਹੋ, ਕਿਆ ਬਾਤ ਹੈ। ਅੱਛਾ, ਇਹਦੇ ਦਿਖਾਓ ਜੀ, ਜਿਵੇਂ ਤੁਸੀਂ ਦੇਖ ਰਹੇ ਇਹ ਕਬੂਤਰ ਵੀ ਜਿਹੜਾ ਨਾ ਜ਼ਬਰਦਸਤ ਹੈ। ਅੱਛਾ, ਤਾਰਕ ਸਾਹਿਬ ਕੋਲ ਤਾਂ ਕਬੂਤਰ ਹੀ ਬੜੇ ਨੇ ਯਾਰ। ਅੱਛਾ ਜੀ, ਮਾਸ਼ਾਅੱਲਾ, ਬੜਾ ਕਬੂਤਰ ਹੈ। ਤਾਰਕ ਸਾਹਿਬ ਮੰਨ ਗਿਆ ਤੁਹਾਨੂੰ? ਇੱਕ ਜਗ੍ਹਾ ਤੇ ਖਿਲਾਰ ਕੇ ਰੱਖੋ ਸਰ, ਇੱਕ ਜਗ੍ਹਾ ਤੇ। ਅੱਜ ਦਾ ਵੀ ਉਹਨੇ ਬੱਚੇ ਡਾਏ ਜੀ। ਅੱਛਾ, ਤੁਸੀਂ ਸਿੱਧੀ ਕਰਵਾ ਕੇ ਜ਼ਰਾ, ਸਿੱਧੀ ਹੈ ਸਾਹਿਬ, ਅੱਜ ਦਾ ਵੀ ਬੱਚੇ ਡਾਏ ਜੀ ਕਬੂਤਰੀ ਨੇ। ਅੱਛਾ, ਉਸੇ ਨੇ, ਉਹ ਵੱਡੀ ਕਬੂਤਰੀ ਹੈ, ਬੱਚੇ ਨੇ। ਕਿਆ ਹੀ ਬਾਤ ਹੈ, ਕਿਆ ਹੀ ਬਾਤ ਹੈ, ਕਿਆ ਰਿੰਗ ਨੇ, ਵਾਹ ਵਾਹ। ਕਬੂਤਰੀ, ਮੈਂ ਤੁਹਾਨੂੰ ਸੱਚ ਕਹਿ ਰਿਹਾ ਜੇ, ਬਿਲਕੁਲ ਮੈਂ ਜਿੰਨੀਆਂ ਛੱਤਾਂ ਵੇਖ ਬੈਠਾ ਤੇ ਬੜੀ ਬੜੀ ਦੂਰ ਜੋੜੇ ਲਾਣ ਗਿਆ ਜੀ। ਮਾਸ਼ਾਅੱਲਾ, ਇਹ ਮਾਦੀ ਜਿੰਨੀ, ਮੈਂ ਮਾਦੀ ਨਹੀਂ ਦੇਖੀ। ਅੱਛਾ ਜੀ, ਤੇ ਜਿਹੜਾ ਜੋੜਾ ਅਖੀਰ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਨਾ ਮਾਦੀ ਦਾ ਪਤਾ ਸੀ ਤੇ ਨਾ ਨਰ ਦਾ ਪਤਾ ਸੀ ਕਿ ਜੋੜਾ, ਤੇ ਉੱਤੇ ਕਰੋ ਜ਼ਰਾ ਮਾਦੀ ਨੂੰ। ਮੈਂ ਕਿਹਾ ਉਹ ਕਬੂਤਰ, ਉਹ ਕਬੂਤਰ ਨਾਲ ਉਹ ਮਾਦੀ ਲਾਓ। ਤਾਰਕ ਸਾਹਿਬ ਨੇ ਕਿਹਾ ਜੀ ਇਹ ਜੋੜਾ ਲੱਗਿਆ ਤੇ ਮੈਂ ਨਾ ਦੱਸ ਦਿੰਦਾ। ਅੱਛਾ ਜੀ, ਮੈਂ ਇਹਦੇ ਕੋ ਬੱਚੇ ਸਾਰੇ ਕੱਟ ਲਓ, ਅਸੀਂ ਇਹਦਾ ਬੱਚਾ 7 ਵਜੇ ਬੈਠਾ ਸਾਡੇ। ਆ ਇਹ ਇਹ ਇਹਦੇ ਬੱਚੇ ਉਡਾਣ ਵਾਲੇ ਨਹੀਂ ਨੇ ਸ਼ਾਹ ਜੀ, ਇਹ ਨੇ ਜਿਹਦੇ ਨਾਲ ਟੱਚ ਹੋ ਗਏ ਨਾ ਇੰਜ, ਉਹ ਸੋਨਾ ਬਣ ਗਿਆ। ਪਾਰਸ ਪਾਰਸ ਇਹ ਪਾਰਸ ਹੈ, ਤੇ ਇਹਦੇ ਜਿਹੜਾ ਕਬੂਤਰ ਹੈ ਹੀ ਕੋਈ ਨਹੀਂ। ਤਾਰਕ ਸਾਹਿਬ ਕੋਲ ਜਿੰਨੇ ਕਬੂਤਰ ਦੇਖੇ ਨੇ, ਮੈਂ ਤੇ ਹੈਰਾਨ ਰਹਿ ਗਿਆ। ਤੁਸੀਂ ਯਕੀਨ ਕਰੋ, ਇੱਕ ਤੋਂ ਵੱਧ ਵੱਧ ਕੇ ਆਉਂਦਾ, ਲੇਕਿਨ ਮੇਰੇ ਖੁੱਡੇ ਦਾ ਸਰਦਾਰ ਹੈ ਮੈਜਿਕ ਖੁੱਡੇ, ਇਸ ਤੋਂ ਵੱਧ ਕੇ ਜੋੜਾ ਹੈ ਹੀ ਕੋਈ ਨਹੀਂ। ਵਾਹ, ਇਹਦੀ ਅੱਖ ਤੇ ਵਾਹ ਸਾਹ ਜੀ, ਆਪ ਵਾਹ ਵਾਹ ਵਾਹ, ਅੱਖ ਵਾਹ, ਇਹ ਵੇਖੋ ਜੀ, ਸ਼ਾਹੀ ਉਰੇ ਲਿਓ ਸਾਹ ਜੀ, ਲਿਓ ਸ਼ਾਹੀ, ਲਿਓ ਅੱਖ ਤੇ ਵਾਹ ਦੀ, ਤੁਹਾਨੂੰ ਨਜ਼ਰ ਨਹੀਂ ਲੱਗਦੀ, ਸਾਡੀ ਨਹੀਂ ਲੱਗਦੀ ਨਜ਼ਰ, ਤੁਹਾਡੀ ਤੁਹਾਨੂੰ ਸ਼ੋਅ ਕਰਾਉਣ ਵਾਸਤੇ ਤੇ ਦਿਖਾਈ ਹੈ ਕਿ ਸਾਨੂੰ ਪਤਾ ਉਸਤਾਦ ਆਏ ਨੇ, ਆਏ ਹਾਏ ਹਾਏ, ਕਦਰ ਕਦਰਦਾਨੋਂ ਕੋ ਹੋਤੀ ਹੈ। ਨਹੀਂ ਸ਼ਾਹ ਜੀ, ਤੁਸੀਂ ਮੰਨ ਗਿਆ, ਤੁਹਾਡੇ ਨੂੰ ਅਗਰ ਤੁਸੀਂ ਇਹਦੇ ਨਾਲ ਪਿਆਰ ਕਰਦੇ ਨਾ, ਮੈਨੂੰ ਉਸਤਾਦ ਰਾਣੀ ਥੋੜਾ ਬਹੁਤ ਦੱਸਿਆ, ਜਿਹੜਾ ਮੈਨੂੰ ਕਬੂਤਰ ਦੀ ਥੋੜੀ ਬਹੁਤ ਪਹਿਚਾਣ ਹੋਈ ਨਾ, ਮਲਿਕ ਸਾਹਿਬ ਨੇ ਤੁਸੀਂ ਸਹੀ ਪਛਾਣਿਆ। ਪਹਿਲਾਂ ਦਿਖਾਓ,
ਕਬੂਤਰੀ ਇੱਕ ਪਰ ਕੰਮ ਹੈ ਅੱਲਾ ਕੇ ਤੁਸੀਂ ਇਹਦੇ ਨਾ ਬਗਲਾਂ ਤੇ ਸਾਫਤਾ ਵੇਖੋ ਕਿ ਪਰਾਂ ਦਾ ਸਾਰੀ ਉਚਾਈ ਜਿਹੜੀ ਹੈ ਨਾ ਜੀ 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 ਉਹ ਬਗਲਾਂ ਤੋਂ ਉੱਤੇ ਜਾ ਰਹੀ ਤੇ ਤੋੜ ਤੱਕ ਜਾ ਰਹੀ ਹੈ ਤੋੜ ਤੱਕ ਜਾ ਰਹੀ ਹੈ ਇਹ ਵੇਖੋ ਹੁਣ ਸਾਰੀ ਜਿਹੜੀ ਬਗਲਾਂ ਦੀ ਜਿਹੜੀ ਚੜਾਈ ਹੈ ਨਾ ਤੇ ਉਹ ਯਾਰ ਹੈ ਤੇ ਕਬੂਤਰੀ ਕੋ ਬੁਲਾ ਹੈ ਇਹਦਾ ਪੁਆਇੰਟ ਕੋਈ ਗਲਤ ਹੀ ਨਹੀਂ ਅੱਛਾ ਇਹਦਾ ਪੁਆਇੰਟ ਕੋਈ ਗਲਤ ਨਹੀਂ ਵਾਹਿਦ ਕਬੂਤਰੀ ਹੈ ਜਿਹੜੀ ਮੈਂ 97 ਵੇਖ ਰਿਹਾ ਤਾਂ ਮਿਲਦੀ ਨਹੀਂ ਜੀ ਉੱਤੇ ਤਰ੍ਹਾਂ ਇਹਦੀ ਸ਼ਕਲ ਕਰੇ ਸ਼ਕਲ ਕਰੇ ਇਹ ਕਬੂਤਰੀ ਬੜੀ ਬਰੀਡ ਚਲਾਣੇ ਵਾਲੀ ਯਾਨੀ ਕਿ 200 ਸਾਲ ਤੱਕ ਇਹਦੇ ਬੱਚੇ ਤੁਸੀਂ ਕੰਮ ਕਰ ਸਕਦੇ ਇਨਸ਼ਾਅੱਲਾ ਬਰੀਡ ਤੇ ਕੀ ਬਾਤ ਤੇ ਅਗਰ ਤੁਸੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਪੁਆਇੰਟ ਦੱਸਿਆ ਸ਼ਾਹਰਾਨ ਨੂੰ ਮਨ ਦਿਖਾ ਮੈਂ ਸ਼ਾਹਰਾਨ ਨੂੰ ਇਨਾਮ ਦੇ ਦਿੰਦਾ ਇਸ ਤੋਂ ਉੱਤਾ ਦਿਖਾ ਦਿਓ ਕੋਈ ਇੰਨਾ ਬੈਲੈਂਸ ਕਬੂਤਰੀ ਦਾ ਕਿਸੇ ਦਾ ਵੀ ਨਹੀਂ ਹੈ ਠੀਕ ਹੈਗਾ ਠੀਕ ਹੈਗਾ जवाब ही नहीं भाई एदा भी एक सेकंड सा जी मजा आ गया बड़ा वड्डा कबूतर पर पल्ला बड़ा वड्डा बहुत बेहतरीन कबूतर है अच्छा ये भी कबूतर जेड़ा है ना जी ਪਲਾ ਦਿਖਾਏ ਹੋਰ ਲਾ ਅੱਛਾ ਵੇਖ ਲੋ ਵੇਖ ਹੋਏ 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 ਦੇਖ ਲਓ ਤੁਸੀਂ ਆਪ ਪਹਿਲੇ ਆਪਣੇ ਹਿਸਾਬ ਨਾਲ ਦੇਖੋ ਮੈਂ ਦੇਖ ਲਾ ਫਿਰ ਦੋਸਤਾਂ ਨੂੰ ਵੀ ਸ਼ੌਕ ਕਰਾਈਏ ਨਾ ਨਾਲ ਵਾਹ ਵਾਹ ਜੀ ਵਾਹ ਤਾਰਕ ਸਾਹਿਬ ਪਲਾ ਦਾ ਜਿੰਨੇ ਕਬੂਤਰ ਵਿਖਾਏ ਨੇ ਨਾ ਇਹ 90 ਤੇ ਥੱਲੇ ਨਹੀਂ ਆ ਰਹੇ ਹਾਂ 90 ਤੋਂ ਥੱਲੇ ਨਹੀਂ ਆ ਰਹੇ हर बच्चा जो सो बच्चा निकले सो ही जोड़े पाओ साहब तुम हाथ लाया सोना बन लाई मने दोस्तों तारक साहब माशाल्लाह माशाल्लाह लेजेंड ਲੈਜੈਂਡ ਤੋਂ ਵੀ ਲੈਜੈਂਡ ਮੈਂ ਕੀ ਖਿਤਾਬ ਦਵਾਂ ਇਹਨਾਂ ਨੂੰ ਉਸਤਾ ਹਾਂ ਜੀ ਇੰਤਹਾ ਹੈ ਹਾਂ ਜੀ ਬਹੁਤ ਬਿਹਤਰੀਨ ਕਬੂਤਰ ਹੈ ਲੇਕਿਨ ਤਾਰਕ ਸਾਹਿਬ ਦਾ ਮੈਂ ਦਾਤ ਦਿੱਤੀ ਇੱਕ ਜੋੜੇ ਤੇ ਆਇਆ ਕਿ ਮੈਂ ਜੋੜਾ ਇਹਨਾਂ ਦਾ ਹੀ ਲੱਗਿਆ ਮੈਂ ਕਹਿੰਦਾ ਜੋੜਾ ਲਾਉ ਮੈਨੂੰ ਕੋਈ ਪਤਾ ਨਹੀਂ ਮੇਰਾ ਅੱਲਾ ਜਾਣਦਾ ਮੈਂ ਕਿਹਾ ਇਹ ਮਾਦੀ ਨਾ ਨਰਪਾ ਤੋਂ ਕਹਿੰਦਾ ਮੈਂ ਪਹਿਲੇ ਹੀ ਲਾਇਆ ਹੈ ਪਹਿਲੇ ਹੀ ਲੱਗਿਆ ਫਿਰ ਮੈਂ ਫਿਰ ਮੈਂ ਤਾਰਕ ਸਾਹਿਬ ਨੂੰ ਮੰਨਣਾ ਹੀ ਨਾ ਬਿਲਕੁਲ ਮੰਨਣਾ ਫਿਰ ਉਸਤਾਦ ਹੈ ਨਾ ਤਾਰਕ ਬਿਲਕੁਲ ਕਿਉਂ ਨਹੀਂ ਜੀ ਵੇਖੋ ਤਾਰਕ ਹੈ ਜੀ ਉਸਤਾਦ ਤਾਰਕ ਤਾਰਕ ਹੀ ਹੈ ਜੀ ਤਾਰਕ ਅਸੀਂ ਸੁਲੇਮਾਨ ਸਾਹਿਬ ਇੰਨਾ ਕੋਈ ਨਾਰੇ ਹੀ ਲਿਆ ਬਜ਼ੁਰਗਾਂ ਕੋਲ ਅੱਛਾ ਜੀ ਇਹਨਾਂ ਦੀ ਮਿਹਰਬਾਨੀ ਹੈ ਕਿ ਸਾਡੇ ਤੇ ਸ਼ਫਕਤ ਕਰਦੇ ਨੇ ਨਾ ਨਾ ਇਹ ਤੇ ਮੀਡੀਆ ਦੇ ਹੋਣ ਆਏ ਨੇ ਨਾ ਜੀ ਅਸੀਂ ਤਕਰੀਬਨ ਕੋਈ 16 ਸਾਲ ਤੋਂ ਇਹਨਾਂ ਨਾਲ ਸਾਡਾ ਪਿਆਰ ਹੈ ਜੀ ਮਾਸ਼ਾਅੱਲਾ ਇਹਨਾਂ ਨੇ ਸਾਨੂੰ ਸਾਰਾ ਇਲਮ ਦਿੱਤਾ ਜੀ ਬਿਲਕੁਲ ਬਿਲਕੁਲ ਕਬੂਤਰ ਇਹਨਾਂ ਦੇ ਬਣਾਏ ਨੇ ਆ ਬਿਲਕੁਲ ਮੈਂ ਉਸ ਦਿਨ ਜਾਣ ਲੱਗਾ ਸਾਨੂੰ ਇੱਕ ਸਪੈਸ਼ਲ ਰਿਕਵੈਸਟ ਹੈ ਜੀ 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 ਇਹ ਉਮਰ ਦੇ ਉਸ ਦੇ ਆ ਰਹੇ ਨੇ ਪਾਕਿਸਤਾਨ ਦੇ ਕਬੂਤਰ ਵਾਲਾ ਨੂੰ ਮੇਰੀ ਰਿਕੁਐਸਟ ਹੈ ਠੀਕ ਹੋ ਗਿਆ ਕਿ ਇਹਨਾਂ ਨੂੰ ਕਾਬੂ ਕਰ ਸਕਦੇ ਹੋ ਤੇ ਕਰ ਲਵੋ ਇਸ ਤੋਂ ਅੱਗੇ ਸਬਰ ਜੀ ਉਸਤਾਦੀ ਸਿੱਖਣ ਵਾਲੇ ਆ ਜਿਹੜਾ ਕੋਈ ਕਹਿੰਦਾ ਨਾ ਕਿ ਉਸਤਾਦ ਕੋਈ ਇਲਮ ਹੈ ਜੀ ਉਹ ਇਹਨਾਂ ਬਜ਼ੁਰਗਾਂ ਤੋਂ ਪਿੱਛੇ ਹੀ ਹੋਣਾ ਹੈ ਅੱਜ ਕੱਲ ਦੇ ਉਸਤਾਦਾਂ ਦੇ ਮੁਤਾਬਕ ਠੀਕ ਹੋ ਗਿਆ ਠੀਕ ਹੈ ਬਹੁਤ ਵੱਡੇ ਬਰੀਡਰ ਨੇ ਜੀ ਤੇ ਕਬੂਤਰ ਦੀ ਪਰਖ ਜਾਣਦੇ ਨੇ ਠੀਕ ਹੋ ਗਿਆ ਤੁਸੀਂ ਯਕੀਨ ਕਰਨਾ ਕਿ ਮੈਂ 12-14 ਕਬੂਤਰ ਦਰਮਿਆਨੇ ਲਿਆ ਕੇ ਵਹਾਏ ਨੇ ਅੱਛਾ ਜੀ ਇਹ ਮੰਨਣਾ ਜਾਂ ਨਾ ਮੰਨਣਾ ਤੇ ਉਹਨਾਂ ਨੇ ਉਹ ਵੀ 90 ਕਰ ਦਿੱਤੇ ਨੇ ਉਹ ਵੀ 90 ਕਰ ਗੱਲ ਸਮਝਦੇ ਹੋ ਕਬੂਤਰ ਵੀ ਉਹਨੂੰ ਵਹਾਇਆ ਜਾਂਦਾ ਜਿਹਨੂੰ ਇਲਮ ਹੋਵੇ ਜਿਹਨੂੰ ਇਲਮ ਹੋਵੇ ਐਵੇਂ ਅਸੀਂ ਆਮ ਬੰਦੇ ਨੂੰ ਕਬੂਤਰ ਵਹਾ ਕੇ ਹਾਂਜੀ ਤੇ ਇਲਮ ਬਣਾਉਂਦੇ ਫਿਰ ਉਹ ਕਿਹੜਾ ਇਲਮ ਉਹਨਾਂ ਦੇ ਖੂਬਸੂਰਤੀ ਵੇਖ ਕੇ ਕਹਿੰਦੇ ਸੋਹਣਾ ਬਈ ਸੋਹਣਾ ਇਹ ਨੇ ਕਬੂਤਰ ਬਾਦ ਦੇਖੋ ਹੁਣ ਮੇਰੇ ਜ਼ੀਰੇ ਇਹਨਾਂ ਨੇ ਕਿੰਨੇ ਪਸੰਦ ਕੀਤੇ ਨੇ ਮੈਂ ਉਹ ਵਹਾਏ ਮੈਂ ਕਿਹਾ ਜੀ ਅਸੀਂ ਜਾਣ ਕੇ ਜ਼ੀਰਾ ਰੰਗ ਬਣਾਉਂਦੇ ਹਾਂ ਕਿ ਲੋਕਾਂ ਨੂੰ ਪਸੰਦ ਨਾ ਆਣ ਸ਼ਾਹੀ ਇੱਧਰ ਸੁਣੋ ਤੇਰਾ ਗੱਲ ਸਮਝਿਓ ਹਾਂਜੀ ਅਸੀਂ ਕਹਿੰਦੇ ਕਿ ਲੋਕਾਂ ਨੂੰ ਪਸੰਦ ਨਾ ਆਣ ਸਾਡੇ ਕਬੂਤਰ ਜਾਣ ਹੀ ਨਾ ਸਮਝ ਉਹਨਾਂ ਨੇ ਉਹ ਜ਼ੀਰਿਆਂ ਦੀਆਂ ਤਰੀਫਾਂ ਕੀਤੀਆਂ ਮਾਸ਼ਾਅੱਲਾਹ ਪਹਿਲੇ ਉਸਤਾਦ ਹੈ ਜਿਨਕੋ ਹਮਨੇ ਦਿਖਾਏ ਆਪਣੇ ਕਬੂਤਰ ਸਾਫ ਬਾਤ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਬੇਹਤਰੀਨ ਜੋੜਾ ਹੁਣ ਵੇਖਿਆ ਔਰ ਉਹ ਤਾਰਕ ਸਾਹਿਬ ਕੋਲੇ
जवाब भी नहीं इस जोड़े का। यार मादी 97 नहीं मिलती। हां 97 नहीं मिलती। और 97 दी एंड है वो 97 दी एंड है यानी कि 98 दे नाल टच हो रही है। हां माशाल्लाह क्या बात है इंतहा कर दी वाकई। बाकी तारक साहब कोई है गल बात जादू है जादू ब्रीड दिया पता है बहुत ज्यादा पता है ता पता लगे कि मैं जोड़ा जोड़ा जरा वेखे लाया ना मैं ते तुम कह रहा है जोड़ा लाओ तो कहने लगे है पहले लगा फिर मैं इतने मान गया मान गया बड़ी बात है बड़ी गल है बहुत अच्छे खुदा के फजल ना जोड़ा जेड़ा है ना जी वो शायद ही मेरे हिसाब किताब च लोर च नहीं होगा। अच्छा मैं कहना सवाल ही नहीं पैदा क्या दिन जोड़ा हो जाए इना बैलेंस इना बैलेंस ऐसा बच्चा जिदे टच होगा ना ही सोना बन जाएगा ही सोना बन जाएगा। अच्छा मादी 97 ते नर 96 नहीं नर 95 95 और 95 तो उत्ते चला गया। अच्छा 95 तो ए थोड़ा जे उत्ते चला गया 95 तो लेकिन मादी को 1.5-2 यानी के ए उत्ते वे पॉइंट और अच्छा बैलेंस जेड़ा दोनों दा बराबर है। अच्छा बैलेंस ए ही तो जोड़े च है कि बैलेंस दोनों दा बराबर है। अच्छा हां बैलेंस दोनों ब्रीड च तो मादी उत्ते ही लेनी है ना चेहरा मोहरा तो पहले टैडी होंगे पहले अख होंगी सी टैडी आदि कबूतर का भी जवाब ही नहीं। इस कबूतर का भी जवाब बहुत अच्छे हो बहुत अच्छे नहीं क्या तारक साहब जवाब ही नहीं मैं कहना जवाब ही नहीं दो तीन बच्चे याद लाई दे छड़ दई दे परे करके दोस्त ही नहीं छड़ दे खेड़े पैसे इतने रखे इतने रखे इतने रखे खचरा कबूतर किवें अख नु घुमा रहा है। हां तो ते पल्ला दिखाओ जरा यही तो गल है यही तो गल है यही तो सर जी। अच्छा एक अख बखाओ जरा अही दोस्तों नु जरा ए भी पूछिए ताडे को पूछिए बल्कि दोस्तों नु कि ए जेड़ा काला नूर है ठीक है अंदर नु खुबिया हुंदा बिल्कुल जिवें खूहार जिवें अगे नु जा रही यानी कि तुसी ओ कबूतर जेड़ा कौल दे विच ना बिल्कुल जिस तरह तुसी गारा है ना जी इधर नु ध्यान करो जेड़ा गारा ना गारा जी सर जी ओदे विच तुसी ना एक यानी कि तुसी ठीपा ले लो जी जी उस नु उत्ते दबाओगे ना ठीपा गोल गोल, गोल। उस उत्ते दबाओगे थले दब जाएगा। हां जी हां जी ओ जेड़ा दायरा है ना जी जेड़ा काला नूर ओ इंज खुबिया होवे ते जेड़ा नाल दायरा है ना नूर दे नाल हां जी ओ जेड़ा वाज़ा नजर आंदा होवे हां जी हां जी ते ओ ग्रे होवे फिरोजपुरी फिरोजपुरी एना दी बुनियाद है कबूतर जेड़ा ना एदा भी जवाब ही नहीं इस टैडी दा ठीक हो गया। हां ए टैडी दा भी जवाब ही नहीं एदा कोई पॉइंट कम नहीं। अच्छा एक टैडी ए भी 96-97 दे करीब हैगा कि नहीं या किन्ना सारे कबूतर 95 ते है 90 दे उत्ते ने 90 दे उत्ते ने। अच्छा एदा कुंदा दा दिखा दियो कुंदे दा भी शौक करा दियो लोकां नूं दोस्तां नूं क्योंकि दोस्तां दी अगे ख्वाहिश भी हैगी सी कि जाके बाबा जी दे कबूतर विखाओ ते मैं कहा यार हुण आए आ उस्ताद तारक साहब दे कोल ते इहनां दे कबूतर दिखा दईए दूजा पल्ला दिखाया जरा क्या बात है सर जी पल्ले च की वेखदे हो थोड़ा जिहा भी सानूं अज मैं पल्ले दे विच ना लो सुन लो
हाँ जी ए जड़ी ए परियां ने ना जी 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 केड़ियां दहा उधर ए एक जगह सारियां ए परियां जड़ी ए परियां ए जड़ियां ए सारियां अंज जिसे तुसी तुसी ना एक मूड़ा रखे है ना मूड़ा जी ते मूड़े उत्ते लेटे हो ना अंज हां जी ते परियां जड़ियां ने ना हां जी ओ लेटियां होन लेटियां ए साइड ते ओ दी ना कमर दे उत्ते लेटियां होन जिसा तुसी मूड़े ते लेट गए हो ना ते ए परियां जड़ियां सारियां कमर उत्ते लेटियां होन और एक दे उत्ते एक चढ़ी होवे हां ए चढ़ी ने काबू कीता होवे जिसे तुसी खोलो ना हुन एदा खला नहीं आंदा एदा खला नहीं आंदा एदा है ही नहीं किधरे खला हाय 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 किवें नजर आ रही है दोस्तों देखो देखो ना किंज लेटियां हुई ने एवें ने मैं कहंदा पाकिस्तान दा मोहतबर चैनल कबूतर जिंदी जान पाकिस्तान सारे दोस्त नु लाइक करो सब्सक्राइब करो ते अगे दोस्तां नाल शेयर करो और एहो जी कोई चीज नहीं दसेगा क्या बात है एहो जिया चीजा कोई नहीं दसेगा अल्लाह दी मेहरबानी नाल एहो जिया चीजा कोई नहीं दसेगा इत्थे तुसीं बाद च वेख लैणा जी दोस्तां नू पहले मार लईए क्या ही बात क्या ही बात क्या नो रहे यार भाई सुलेमान यार ये को कबूतर ही कोई इन्ना इन्ना कुल पे अच्छा जी क्या बात है भाई बड़ा बड़ा कबूतर इन्ना च कुल पे आया अच्छा परियां जी बहुत खासियत परियां जड़ियां लेटियां होन गईयां ना जी 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 ਤੁਸੀਂ ਮੂੜੇ ਤੇ ਜਿਸਲੇ ਲੇਟਣਾ ਨਾ ਕਿਸੇ ਬੰਦੇ ਨੂੰ ਵੇਖੋ ਨਾ ਇੰਜ ਲੇਟਿਆ ਆ ਹਾਂਜੀ ਇਹ ਉਹ ਪਰੀਆਂ ਨਾ ਉਸ ਕਮਰ ਉੱਤੇ ਲੇਟੀਆਂ ਹੁਣ ਹਾਏ 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 ਇਹ ਵੀ ਇੰਜੀ ਇਹ ਤੇ ਖਲਾਈ ਕੋਈ ਨਹੀਂ ਹਾਏ ਹਾਏ ਇਹ ਤੇ ਜੋ ਖਲਾਈ ਇਹ ਵੀ ਹਾਂਜੀ ਨਾਮੋ ਨਿਸ਼ਾਨ ਹੀ ਨਹੀਂ ਹੈ ਵਾਹ ਇਹ ਵੀ ਇਹ ਕਬੂਤਰ ਜਿਹੜੇ ਐਂਡ ਹੁੰਦੇ ਨੇ ਯਾਰ ਠੀਕ ਹੋ ਗਿਆ ਠੀਕ ਹੈ ਇਹ ਕਬੂਤਰ ਜਿਹੜੇ ਨਾ ਐਂਡ ਹੁੰਦੇ ਨੇ ਐਂਡ ਐਂਡ ਹਾਂ ਹਾਂ ਲੇਟੀਆਂ ਬਾਕੀ ਪਰੀਆਂ ਜਿਹੜੀਆਂ ਦੇਖੋ ਕਿੰਨੀਆਂ ਲੇਟੀਆਂ ਹੋਈਆਂ ਨੇ ਬਿਲਕੁਲ 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 ਉਹਨਾਂ ਕੱਜਿਆ ਯਾਨੀ ਕਿ ਸਾਥ ਛੱਡ ਨਹੀਂ ਰਹੀਆਂ ਅੱਛਾ ਇੰਜ ਦਾ ਪੁਆਇੰਟ ਕਦੀ ਕਿਸੇ ਨੇ ਦੱਸਿਆ ਜਾਂ ਪੁੱਛਿਆ ਕਿਸੇ ਨੇ ਤੁਹਾਡੇ ਕੋਲ ਅੱਛਾ ਜੀ ਇਹ ਵੀ ਦੱਸੋ ਜ਼ਰਾ ਨਹੀਂ ਇਹ ਤਾਂ ਤੁਸੀਂ ਮੇਰੇ ਕੋ ਪੁੱਛਿਆ ਅੱਛਾ ਨਹੀਂ ਮੈਂ ਕਿਹਾ ਵੈਸੇ ਕਿਸੇ ਨੇ ਤਾਂ ਤੁਸੀਂ ਮੈਂ ਤੇ ਪੂਰੇ ਤੁਸੀਂ ਚੈਨਲ ਦੁਨੀਆ ਤੇ ਵੇਖ ਬੈਠਾ ਅੱਛਾ ਤੇ ਮੇਰੇ ਲੈਂਦੇ ਨੇ ਮੇਰੇ ਮੇਰੇ ਚੈਨਲ ਚੱਲ ਰਹੀਆਂ ਨੇ ਹਾਂਜੀ ਅੱਜ ਤੁਸੀਂ ਸਵਾਲ ਕੀਤਾ ਹੈ ਜੀ ਜਿਹੜਾ ਮੇਰੇ ਨਾਲ ਸਵਾਲ ਕਰੋਗੇ ਤਾਂ ਮੈਂ ਜਵਾਬ ਦੇਵਾਂਗਾ ਇਨਸ਼ਾਅੱਲਾ ਇਨਸ਼ਾਅੱਲਾ ਤਾਲਾ ਅੱਲਾ ਦੇ ਫਜ਼ਲ ਨਾਲ ਸ਼ਾਦੀ ਆ ਜਾ ਹੁਣ ਇੱਧਰ ਹਾਏ ਹਾਏ ਹੁਣ ਆ ਵੀ ਵੇਖ ਲੋ ਇੱਕ ਨਵਾਂ ਬੈਲੈਂਸ ਫੇਰ ਨਾ ਬਹੁਤ ਬਹੁਤਾ ਜ਼ੋਰ ਨਹੀਂ ਲਾਣਾ ਇਹ ਅਜੇ ਤਾਕਤ ਜਿਹੜਾ ਕਬੂਤਰ 96-97 ਹੋਏਗਾ ਨਾ ਕਹਿੰਦੇ ਕਬੂਤਰ ਦੀ ਜੋੜਾਂ 'ਚ ਤਾਕਤ ਨਹੀਂ ਹੋਣੀ ਚਾਹੀਦੀ ਸ਼ਾਹਜੀ ਇਹ ਜੋੜ ਹੋਏਗਾ ਕਿੰਨਾ ਕਿੰਨਾ ਮਜ਼ਬੂਤ ਹੈ ਇਹ ਗਰਮੀ ਨੂੰ ਆਏਗਾ ਨਾ ਜਿਸ ਤਰ੍ਹਾਂ ਕਹਿੰਦੇ ਅਗਲੇ ਦਿਨ ਉੱਡਣਾ ਨਹੀਂ ਉਹ 95-96-97 ਹੋਏਗਾ ਅਤੇ ਕਬੂਤਰ ਆਪਣੇ ਆਪ ਸਹੀ ਬੈਠੇਗਾ ਐਂਡ ਫਰਕ ਹੀ ਨਹੀਂ ਪਏਗਾ ਉਹ ਜਿਹੜਾ 80 ਦਾ ਥੱਲੇ ਹੋਏਗਾ ਉਹ ਢੇਰ ਹੋਏਗਾ ਉਹ ਅੱਗੋਂ ਨਹੀਂ ਚੱਲੇਗਾ ਲੇਕਿਨ ਉਹ ਚੱਲੇਗਾ ਲੇਕਿਨ ਸਾਰਿਆਂ ਦੀ ਬੁਨਿਆਦ ਫਿਰੋਜ਼ਪੁਰੀ ਹੈ ਹਾਂਜੀ 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 ਸਾਰਿਆਂ ਦੀ ਬੁਨਿਆਦ ਜਿਹੜੀ ਨਾ ਫਿਰੋਜ਼ਪੁਰੀ ਗੱਲ ਹੈ ਯਾਰ ਦੋਸਤੋ ਅੱਖ ਦੇਖੋ ਕਿਆ ਬਾਤ ਹੈ ਯਾਰ ਲੋਈ ਅੱਲਾਹ ਦੀ ਮਿਹਰਬਾਨੀ 30 ਇੰਟਰਵਿਊ ਹੋਏਗਾ ਜਿਹੜਾ ਹੋ ਰਿਹਾ ਸ਼ਾਹੀ ਹਜ਼ਰਤ ਅੱਲਾਹ ਦੀ ਕਸਮ 30 ਇੰਟਰਵਿਊ ਹੋਏਗਾ ਅੱਲਾਹ ਦੀ ਮਿਹਰਬਾਨੀ ਕਿਉਂ ਕੋਈ ਕੋਈ ਐਸੀ ਕਬੂਤਰਾਂ 'ਚ ਤੁਹਾਡੀ ਗੱਲ ਨਹੀਂ ਜਿਹਨੇ ਅੱਖ ਦੀ ਸਪੀਡ ਨੂੰ ਰੋਕਿਆ ਹੋਵੇ ਗਿਰਗਟ ਦੀ ਤਰ੍ਹਾਂ ਅੱਖ ਫੇਲਦੇ ਨੇ ਦੇਖ ਲਓ ਗਿਰਗਟ ਦੀ ਤਰ੍ਹਾਂ ਅੱਖ ਫੇਰੇਂਗੇ ਤਾਂ ਪਲਕਾਂ ਨੂੰ ਉਹਨਾਂ ਤਬਾਹੀ ਲਾ ਦੇਣਗੇ ਵਾਹ ਤੇ ਚਲਾਕੀ ਇੰਨੀ ਹੈ ਕਿ ਇੱਧਰ ਵੀ ਮਾਰਦਾ ਇੱਧਰ ਵੀ ਮਾਰਦਾ ਇੱਧਰ ਵੀ ਮਾਰਦਾ ਆਪਣੀ ਅੱਖ ਨੂੰ ਘੁਮਾਉਂਦਾ ਨਹੀਂ ਹੁਣ ਤੁਸੀਂ ਵੇਖੋ ਨਾ ਫਿਰ ਤੁਸੀਂ ਵੇਖ ਲਓ ਪਰੀਆਂ ਫਿਰ ਵੇਖ ਲਓ ਤੁਸੀਂ ਯਾਨੀ ਕਿ ਇਹਨਾਂ ਦੀ ਪਰੀਆਂ ਅੱਖ ਨੂੰ ਫਿਰ ਵੇਖੋ ਤੁਸੀਂ ਇਹਨਾਂ ਤੋਂ ਵੱਧ ਹੈ ਕੋਈ ਨਹੀਂ ਹੁਣ ਇੰਨੇ ਇੰਨੀ ਅੱਖ ਘੁਮਾਉਂਦੇ ਤੁਹਾਡੇ ਸਾਰੇ ਕਬੂਤਰ ਅੱਖ ਘੁਮਾਉਂਦੇ ਨੇ ਰੋਕੋ ਇੱਥੇ ਤੋਂ ਰੋਕੋ ਵਾਹ ਦੋਸਤੋ ਪਹਿਲਾ ਪੁਆਇੰਟ ਹੀ ਆਵੇ ਜੀ ਦੋਸਤੋ ਕਿਆ ਹੀ ਬਾਤ ਹੈ ਦਾਰੇ ਵੇਖੋ ਦਾਰੇ ਜਿਹੜਾ ਤੁਸੀਂ ਕਹਿੰਦੇ ਹੋ ਚੌਕੀਦਾਰ ਦਾਰਾ ਚੌਕੀਦਾਰ ਦਾਰਾ ਉਹ ਭਾਵੇਂ ਜਿਸ ਮਰਜ਼ੀ ਕਲਰ ਦਾ ਹੋਵੇ ਲੇਕਿਨ ਉਹਨੇ ਨਾ ਪੂਰਾ ਤੇਲ ਨੂੰ ਫੜਿਆ ਹੋਵੇ ਤੇਲ ਨੂੰ ਫੜਿਆ ਤੇਲ ਨੇ ਤੇਲ ਤੇਲ ਨੇ ਉਹਨੂੰ ਫੜਿਆ ਹੋਵੇ ਜਕੜਿਆ ਹੋਵੇ ਉਹ ਚੌਕੀਦਾਰ ਦਾਰਾ ਉਹ ਚੌਕੀਦਾਰ ਦਾਰਾ ਤੇ ਉਹ ਬਹੁਤ ਬਿਹਤਰੀਨ ਦਾਰੇ ਤੋਂ ਬਗੈਰ ਤਾਂ ਕਬੂਤਰ ਹੀ ਨਹੀਂ ਨਾ ਕਬੂਤਰ ਹੀ ਨਹੀਂ ਦਾਇਰੇ ਤੋਂ ਬਗੈਰ ਤੇ ਤਾਰਕ ਸਾਹਿਬ ਕਬੂਤਰ ਨਹੀਂ ਹੈ ਉਹ ਸਭ ਖਤਮ ਹੋ ਜਾਣਗੇ ਸਭ ਖਤਮ ਹੋ ਜਾਣਗੇ ਜਿਹੜੇ ਮਹਾਦਰ ਉਹ ਦੇਖੋ ਲਓ ਜੀ ਮੈਂ ਤੁਹਾਨੂੰ ਉੱਥੇ ਦੱਸਦੇ ਰਹਿਣਾ ਹਾਂ ਮੈਂ ਸ਼ਾਦੀ ਉਹ ਤੁਹਾਨੂੰ ਉਹ ਗੱਲ ਤੁਹਾਡੇ ਕੋਲ ਮੈਂ ਤੁਹਾਨੂੰ ਉੱਥੇ ਦੱਸਣਾ ਉੱਥੇ ਹੀ ਦੱਸਣਾ ਹੈ ਸਾਈ ਨਹੀਂ ਨਹੀਂ ਫੜ ਕੇ ਰੱਖਣਾ ਪੂਰਾ ਕਾਇਮ ਹੈ ਜੋ ਜਿਹੜਾ ਤੁਸੀਂ ਕਹਿ ਰਹੇ ਹਾਏ 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 ਆਪਣੀ ਤਾਕਤ ਚ ਲਾਈ ਦੋਸਤੋ ਮੈਂ ਵੈਸੇ ਫੜ ਕੇ ਵੇਖਿਆ ਤੇ ਜਿਹੜੀ ਮੈਂ ਕਿਹਾ ਤਾਕਤ ਅਸੀਂ ਵੇਖੀ ਸ਼ਾਹ ਹੋਰੀ ਕੱਲੇ ਕੱਲੇ ਛਾਪੇ ਮਾਰੀ ਜਾ ਰਹੇ ਨੇ ਤੇ ਤਾਕਤ ਵਾਕਈ ਪੂਰੀ ਹੈ ਯਾਰ ਇਹਦੇ 'ਚ
दलेरी नहीं होना ना दिल वड्डा जेड़ा वड्डा ना मैं बड़े कबूतर वेखे ने दलेरी चो हां बाऊ जान वाला हां बटेरा हां ते जेड़ा दलेरी वेखनी ना हां ओ ते फिर आ जाते ने नेरे च जो दलेरी वेखनी ना एक कदम अगे जेड़ा ना वो टैडी है टैडी है वो टैडी का दिल बड़ा है अच्छा टैडी कबूतर दे विच बई पई हुई है वो कबूतरी जों सिरी बेहोश हो गया बंदा नहीं खून पी के जंगल दौड़ी ना अच्छा डिगी ना अल्लाह अल्लाह जन्नत जगह दे शीदे टैडी नू जी जिसने डिगी तो शीदे टैडी भी उसे डिग के पकड़ के लाया डैन नू अच्छा फिर उन्हें बोतल च पाई है काबू किया उन्हें काबू किया है ठीक है क्या है बात हो तो मैं ना हूं तुम उस ना भी वेखो बराबर करके ना दी ताकत वेख लो हां जी मैं समझ गया ताडी गल शाहरी रोशनी पान गए शाह जी थोड़ा साडे वाल भी जेरे गौर हो ना तेरा क्योंकि शाहरी छुपे रू समझे दोस्तो ए बस खुफिया मार मार दे जे कबूतर केड़ा केड़ा वेखी सारे नवे दुते सारे माशाल्लाह माशाल्लाह पठियां ले पेले धागे दियां साजी केड़ियां पठियां ने ए वैशियां दे चूहे ए चूहे दा पारे वैशियां दे नाल है इस पठी दे विच अच्छा ए जेड़ी पठी चेहरा खत्म हो गए ने कबूतर मर गए ने बड़े मुलाजम मथे तो इंज लगती जिवें 41 नंबर नहीं हुंदे वो जौंसरे टैडी वो फिर देखो जी वो रंग ते मां प्यो दे विच भी हुंदे ने रंग ते जवाब भी नहीं भई सारे इक्को जे बहुत अच्छे कबूतर कदे भी नहीं दिखाएगा किसी नूं यकीन करो ओह तां कुर्सी तों नहीं उठदा अपने शौक जी 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 करो कि पता की है वेचण विचार वाली लालच नहीं हैगी अपने च सही सही सिर्फ अपना शौक वास्ते रखे ने नहीं तारक साहब मान गया कोई मुकद्दर थी ये कोई एवे हेर फेर के बस छत दा स्वाब नहीं बन दिया टाइम नहीं साडे को हैगा नहीं ते इन्हां नूं मैं जमाया है दोस्तां नूं बच्चे दे के गुमनाम छत्ता ते उड़ा के तसल्ला कीती सिर्फ मजबूरी पता की बनी है कि साडे को टाइम नहीं हैगा असीं टाइम हथों बेबस हो गए बिलकुल सही गल ऐ ते मेरे मेरे अद्धे कबूतर नहीं रह गए मेरे कबूतर मर गए ने कुछ गैब हो गए ने मुलाजमान ने बेड़ा कर कर दिता कबूतर आदा फड़ के पर उस्ताद जी तुसी माशाल्लाह लेजेंड खिलाड़ी हो ते बाबा जी ने कहा अल्लाह खैर रखे एहो जे बुजुर्ग साडे सिर ते साया रहन ते फेर बना लांगे इंशाल्लाह हुण उन्हां ने एक जोड़ा कढे अपनी मर्जी दा नहीं जोड़ा तुहाडा लगे सो बना देंगे नहीं नहीं तां साडियां दुआवां ना सारे तुहाडियां मेरे तुहाडा पहले लग्या सी मैं अच्छा तुसी मन मारदी अलग अलग दा भाई मैं दाद दंदा काली जाख तारक साहब मैं झूठ नहीं बोल रहा मैं नर मादी दा मन नहीं पता जोड़ा लगया मैं कह लाओ तुसी कह दिया पहले लगया है एदा बच्चा भी रिकॉर्ड ही आस्ता है एदा बच्चा हां तो वो तुहाडा सी ना मैं तो दा तुहानू देनी है जी दा ते मैं उन कहना है मुंह दे से कहना है जेड़ी भी गल होई ए सब ताडे बुजुर्गां दी दुआवां ने तुहाडियां मेहरबानियां जिन्ना ने सानू कोई इलम थोड़ा जिहा देता इलम देता है बड़ी बात समझदे हो ते गल हैगी है कि इलम लेना साडे अपने हक तियार च आ असि इन्हों की खिदमत करने कुछ ना कुछ देते बड़ी शान की गल है ठीक है जो कोई बुजुर्ग आ जाता ना जी शाह दोस्तों अजान हो रही है अजान का वक्फा लेने फिर जुड़ने।